ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ ਹਰ ਐਤਵਾਰ ਨੂੰ ਜਦ ਇਹ ਪ੍ਰੋਗਰਾਮ ਆਉਂਦਾ ਸਾਂਝੇ ਮਸਲੇ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰੀਏ ਔਰ ਦੱਸੀਏ ਕੀ ਨੇ ਤੁਹਾਡੇ ਮਸਲੇ ਔਰ ਜਦ ਮਸਲੇ ਸਾਂਝੇ ਹੁੰਦੇ ਹਨ ਤਾਂ ਫਿਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਔਰ ਇਸ ਪ੍ਰੋਗਰਾਮ ਨੂੰ ਅਸੀਂ ਲੈ ਕੇ ਆਉਂਦੇ ਹਾਂ ਅੱਜ ਸਭ ਤੋਂ ਅਹਿਮ ਮਸਲਾ ਜੀ ਸਾਡੇ ਬਜ਼ੁਰਗਾਂ ਦਾ ਜਿਨ੍ਹਾਂ ਬਜ਼ੁਰਗਾਂ ਨੇ ਇਸ ਮੁਲਕ ਦੇ ਵਿੱਚ ਆ ਕੇ ਇਹ ਨਵੀਂ ਜਨਰੇਸ਼ਨ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਉਨਾ ਬਜ਼ੁਰਗਾਂ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਕੌਣ ਕਰੇਗਾ ਮੈਂ ਮੌਜੂਦਾ ਜੀ ਨਿਊਯਾਰਕ ਦੇ ਕੁਇਨਸ ਔਰ ਕੁਇਨਸ ਦੇ ਵਿੱਚ ਮੈਂ ਮੌਜੂਦਾ ਲिटल ਪੰਜਾਬ ਜੋ ਕਿ ਅਮਰੀਕਾ ਦਾ ਸਿਆਸੀ ਗੜ ਵੀ ਹੈ ਜਿੱਥੇ ਗਵਾਂਡੀ ਮੁਲਕ ਦੇ ਵਿੱਚ ਅਸੀਂ ਚਲੇ ਜਾਈਏ ਟੋਰਾਂਟੋ ਨੂੰ ਬਣਿਆ ਜਾਂਦਾ ਤੇ ਇੱਥੇ ਅਮਰੀਕਾ ਦੇ ਵਿੱਚ ਰਿਚਮੰਡ ਹਿੱਲ ਨੂੰ ਬਣਿਆ ਜਾਂਦਾ ਪੰਜਾਬੀਆਂ ਦਾ ਗੜ ਇਸ ਪੰਜਾਬੀਆਂ ਦੇ ਗੜ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਕਿਸ ਤਰੀਕੇ ਨਾਲ ਹੋ ਸਕਦੀ ਹੈ ਔਰ ਕੌਣ ਕਰ ਰਿਹਾ ਔਰ ਅਨਾਦੇ ਟੀਮ ਦੇ ਵਿੱਚ ਕੌਣ-ਕੌਣ ਹੈ ਆਓ ਸਾਂਝੇ ਮਸਲੇ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਲੈ ਕੇ ਚਲਦੇ ਹਾਂ ਅੰਦਰ ਔਰ ਕਰਵਾਉਨੇ ਆ ਅਨਾਦੀ ਟੀਮ ਦੇ ਨਾਲ ਰਾਬਤਾ ਸੇਵਾ ਦੀ ਗੱਲ ਹੋ ਰਹੀ ਹੈ ਆਖਿਰਕਾਰ ਇਸ ਲਿਟਲ ਪੰਜਾਬ ਦੇ ਵਿੱਚ ਸੇਵਾ ਕਰ ਕੌਣ ਰਿਹਾ ਔਰ ਸੇਵਾ ਕਿਨਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਉਹ ਵੀ ਇਸ ਸੋਸਾਇਟੀ ਦੇ ਹਿੱਸਾ ਹਨ ਜਿਨ੍ਹਾਂ ਦੇ ਕਰਕੇ ਹੀ ਅੱਜ ਜਿਹੜੀ ਜੰਗ ਜਨਰੇਸ਼ਨ ਹੈ ਉਹ ਅਮਰੀਕਾ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਨਿਊਯਾਰਕ ਦੇ ਵਿੱਚ ਬੁਲੰਦੀਆਂ ਦੀਆਂ ਪੌੜੀਆਂ ਤੁਰ ਰਹੀ ਹੈ ਔਰ ਉਹਨਾਂ ਦੇ ਵੱਲ ਉਹ ਕਿਵੇਂ ਤੁਰ ਰਹੇ ਨੇ ਇਹ ਜਿਹੜੀ ਯੰਗ ਜਨਰੇਸ਼ਨ ਅੱਜ ਐਡਮਿਨਿਸਟ੍ਰੇਟਿਵ ਸਰਵਿਸਸ ਜਾਂ ਫਿਰ ਸਾਡੇ ਲਾਅ ਇਨਫੋਰਸਮੈਂਟ ਜਾਂ ਫਿਰ ਸਾਡੇ ਅਟਰਨੀਜ਼ ਨੇ ਜਾਂ ਫਿਰ ਸਾਡੇ ਡਾਕਟਰਸ ਨੇ ਹੈਲਥ ਕੇਅਰ ਕੇਅਰ ਦੇ ਸਿਸਟਮ ਦੇ ਹਿੱਸਾ ਨਹੀਂ ਯੰਗ ਜਨਰੇਸ਼ਨ ਅਗਰ ਅੱਜ ਇਨਾ ਮਕਾਮ ਤੇ ਪਹੁੰਚੀ ਹੈ ਉਹ ਪਹੁੰਚੀ ਹੈ ਸਾਡੇ ਸੀਨੀਅਰ ਸਿਟੀਜ਼ਨਸ ਕਰਕੇ ਸਾਡੀ ਫਰਸਟ ਜਨਰੇਸ਼ਨ ਕਰਕੇ ਲੇਕਿਨ ਅੱਜ ਉਸ ਫਰਸਟ ਜਨਰੇਸ਼ਨ ਨੂੰ ਕਿਉਂ ਨੈਗਲੈਕਟ ਕੀਤਾ ਜਾ ਰਿਹਾ ਹੈ ਕਿਉਂ ਉਹਨਾਂ ਨੂੰ ਭੁੱਲਿਆ ਜਾ ਰਿਹਾ ਹੈ ਕਿਉਂ ਉਹਨਾਂ ਦਾ ਦੇਖ ਸੰਭਾਲ ਜਿਹੜੀ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹோம் ਵਾਚ ਕੇਅਰ ਏਜੰਸੀ ਜਿਹੜੀ ਹੈ ਲिटल ਪੰਜਾਬ ਦੇ ਵਿੱਚ ਰਿਚਮੰਡ ਹਿੱਲ ਦੇ ਵਿੱਚ ਹੁਣ ਤੁਹਾਡੀ ਸੇਵਾ ਲਈ ਹਾਜ਼ਰ ਹੈ ਐ ਸੇਵਾ ਜਿਹੜੀ ਹੈਗੀ ਹੈ ਸਿਰਫ ਗੱਲ ਕਰਕੇ ਹੀ ਨਹੀਂ ਬਕਾਇਦਾ ਜਦ ਤੁਸੀਂ ਇਹਨਾਂ ਦੇ ਬੂਏ ਤੋਂ ਅੰਦਰ ਆਓਗੇ ਭਾਵੇਂ ਕਿਸ ਤਰੀਕੇ ਦੀ ਵੀ ਤੁਹਾਨੂੰ ਸੇਵਾ ਚਾਹੀਦੀ ਹੈ ਜੇਕਰ ਤੁਸੀਂ ਗ੍ਰੀਨ ਕਾਰਡ ਅਤੇ ਇਸ ਕੰਟਰੀ ਦੇ ਸਿਟੀਜ਼ਨ ਹੋ ਤਾਂ ਤੁਹਾਨੂੰ ਸੇਵਾ ਬਕਾਇਦਾ ਦਿੱਤੀ ਜਾਏਗੀ ਭਾਵੇਂ ਤੁਹਾਨੂੰ ਮੈਡੀਕਲ ਏਡ ਹੈ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਰੱਖਣ ਦੇ ਲਈ ਆ ਕੋਈ ਚਾਹੀਦਾ ਵਲੰਟੀਅਰ ਉਹਦੇ ਲਈ ਵੀ ਤੁਹਾਨੂੰ ਸੇਵਾ ਲਈ ਭੇਜਿਆ ਜਾਏਗਾ ਔਰ ਜੇਕਰ ਤੁਹਾਨੂੰ ਕਿਸੇ ਵੀ ਹੋਰ ਗਲਤੀ ਲੋੜ ਹੈ ਇੰਸ਼ੋਰੈਂਸ ਨਹੀਂ ਹੈ ਤੁਹਾਡੇ ਕੋਲ ਔਰ ਤੁਸੀਂ ਕਹਿੰਦੇ ਹੋ ਕਿ ਮੈਂ ਇੰਸ਼ੋਰੈਂਸ ਵੀ ਲੈਣਾ ਚਾਹਣਾ ਇਸ ਬੂਏ ਦੇ ਅੰਦਰ ਆਉਣਾ ਹੈ ਔਰ ਇਸ ਨੰਬਰ ਨੂੰ ਮਿਲਾਉਣਾ ਜੋ ਟੀਵੀ ਸਕਰੀਨ ਤੇ ਚੱਲ ਰਿਹਾ ਹੈ ਇਹ ਤੁਹਾਡੀ ਹਰ ਸੇਵਾ ਕਰਨਗੇ ਅੱਜ ਬਕਾਇਦਾ ਜਦ ਮੈਂ ਇਸ ਹੋਮ ਵਾਚ ਕੇਅਰ ਏਜੰਸੀ ਦੇ ਵਿਚਾਨਾ ਲिटल ਪੰਜਾਬ ਜਿਹਨੂੰ ਰਿਚਮੰਡ ਹਿਲ ਕਿਹਾ ਜਾਂਦਾ ਹੈ ਇੱਥੇ ਹੁਣ ਵਾਕੇ ਹੀ ਪੰਜਾਬੀਆਂ ਦਾ ਸਿਆਸੀ ਗੜ ਜਿਹੜਾ ਇੱਕ ਰੋਡ ਮੈਪ ਤਿਆਰ ਕਰ ਰਿਹਾ ਕਿਉਂਕਿ ਜਿਹੜੀ ਸ਼ਕਤੀਆਂ ਜ ਮੇਰੇ ਨਾਲ ਮੌਜੂਦ ਨੇ ਉਹ ਇਸ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਗਿਆ ਔਰ ਦੱਸਣ ਗਿਆ ਕਿ ਵਾਕੇ ਹੀ ਲिटल ਪੰਜਾਬ ਦੇ ਵਿੱਚ ਹੁਣ ਪੰਜਾਬੀਆਂ ਦਾ ਹੀ ਕਬਜ਼ਾ ਹੈ ਮੈਂ ਪਹਿਲਾਂ ਤੁਹਾਨੂੰ ਤਾਰੂਫ ਕਰਾ ਦਵਾ ਹੋਮ ਵਾਚ ਕੇਅਰ ਐਜੰਸੀ ਜਿਹੜੀ ਹੈਗੀ ਹੈ ਚੇਤਨ ਸ਼ਰਮਾ ਤੇ ਰੀਨਾ ਸ਼ਰਮਾ ਉਸ ਸੇਵਾ ਦੇ ਸਿਧਾਂਤ ਨੂੰ ਉਸ ਸੇਵਾ ਨੂੰ ਇਸ ਲਿਟਲ ਪੰਜਾਬ ਦੇ ਵਿੱਚ ਲੈ ਕੇ ਆਏ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਵਾਕਈ ਹੀ ਸਾਡੇ ਸੀਨੀਅਰ ਸਿਟੀਜ਼ਨ ਨੂੰ ਅਵੋਇਡ ਕੀਤਾ ਜਾ ਰਿਹਾ ਹੈ ਨਜ਼ਰਅੰਦਾਜ਼ ਕੀਤਾ ਜਾ ਰਿਹਾ ਪਰ ਇਸ ਗੱਲ ਨੂੰ ਇਸ ਏਜੰਸੀ ਨੇ ਸਮਝਿਆ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਸਾਡੀ ਟ੍ਰਾਈ ਸਟੇਟ ਦੀ ਮਦਰ ਸੁਸਾਇਟੀ ਹੈ ਉਹ ਵੀ ਇਸ ਗੱਲ ਨੂੰ ਸਮਝ ਚੁੱਕੀ ਹੈ ਔਰ ਜਿਹੜੇ ਸਾਡੇ ਨਵੇਂ ਥਾਪੇ ਹੋਏ ਮੁਖ ਸੇਵਾਦਾਰ ਨੇ ਤੇਤਿੰਦਰ ਸਿੰਘ ਬੋਪਾਰਾਏ ਉਹ ਵੀ ਜਦ ਤੋਂ ਉਹਨਾਂ ਨੇ ਇਸ ਆਪਣੀ ਸੇਵਾ ਨੂੰ ਸੰਭਾਲ ਲਿਆ ਉਹ ਇਸੀ ਗੱਲ ਤੇ ਅਟਲ ਰਹੇ ਇਸੀ ਗੱਲ ਤੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਕਿ ਵਾਕੇ ਹੀ ਸਾਡੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਜਿਹੜੇ ਸਾਡੇ ਬਜ਼ੁਰਗ ਨੇ ਉਹ ਸਭ ਤੋਂ ਪਹਿਲਾਂ ਨੇ ਉਸ ਤੋਂ ਬਾਅਦ ਕੋਈ ਵੀ ਹੈ ਅੱਜ OVB ਬਕਾਇਦਾ ਸਾਡੇ ਨਾਲ ਇੱਥੇ تشریف فرماان ਨੇ ਜੋ ਕਿ ਸਾਡੇ ਨਾਲ ਉੱਚੇ ਚੇਤੇ ਤੌਰ ਦੇ ਉੱਤੇ ਆਪਣੀ ਗੱਲ ਵੀ ਰੱਖਣਗੇ ਕਿ ਸੀਨੀਅਰ ਸਿਟੀਜ਼ਨ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਹਾਰਾ ਦੇ ਸਕੀਏ ਅੱਜ ਬਕਾਇਦਾ OVB ਇਸ ਗੱਲ ਨੂੰ ਅਮਲੀ ਜਾਮਾ ਪਣੌਣ ਲਈ ਸਾਡੇ ਨਾਲ ਵਚਨਬੱਧ ਹੋਏ ਨੇ ਸਾਡੇ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਹੈਗਾ ਨਿਗਾ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਉਹਦੇ ਨਾਲ ਹੀ ਜਿਹੜੀ ਯੰਗ ਲੀਡਰਸ਼ਿਪ ਹੁਣ ਲिटल ਪੰਜਾਬ ਦੇ ਵਿੱਚ ਕ੍ਰੀਏਟ ਹੋ ਰਹੀ ਹੈ ਇਸ ਯੰਗ ਲੀਡਰਸ਼ਿਪ ਨੇ ਕਿਸ ਤਰੀਕੇ ਦਾ ਸੁਪਨਾ ਕਿਸ ਤਰੀਕੇ ਦੇ ਸੁਨੇਹਾ ਜਿਹੜਾ ਉਹ ਆਪਣੇ ਜ਼ਿਹਨ ਦੇ ਵਿੱਚ ਲੈ ਕੇ ਆਏ ਨੇ ਉਸ ਬਾਰੇ ਵੀ ਅਸੀਂ ਜਾਣਾਂਗੇ ਜਿਹਨੂੰ ਲੈ ਕੇ ਜਪਨੀਤ ਸਿੰਘ ਜਿਹੜੇ ਨੇ ਜੋ ਕਿ ਸਿਟੀ ਕੌਂਸਲ ਲਈ ਇਸ ਏਰੀਆ ਤੋਂ ਬਕਾਇਦਾ ਲੜ ਰਹੇ ਨੇ ਡਿਸਟ੍ਰਿਕਟ 28 ਦਾ ਏਰੀਆ ਹੈਗਾ ਜਿੱਤੇ ਵਿੱਚ ਸਾਊਥ ਰਿਚਮੰਡ ਹਿੱਲ ਸਾਊਥ ਓਜ਼ੋਨ ਪਾਰਕ ਰੋਜ਼ਡਿਲ ਵਿਲੇਜ ਉਹ ਬਕਾਇਦਾ ਇਸ ਡਿਸਟ੍ਰਿਕਟ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਸਮਝਿਆ ਕਿ ਵਾਕੇ ਹੀ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਅਵੋਇਡ ਕੀਤਾ ਜਾ ਰਿਹਾ ਹੈ ਔਰ ਉਹ ਵਿਚਾਰੇ ਕਿੱਥੇ ਜਾਣ ਤੇ ਅੱਜ ਇਸ ਤੌਰ ਤੇ ਜਪਨੀਤ ਸਿੰਘ ਵੀ ਬਕਾਇਦਾ ਇੱਥੇ ਪਹੁੰਚੇ ਨੇ ਇਸ ਗੱਲ ਨੂੰ ਸਮਝਣ ਦੇ ਲਈ ਔਰ ਜਦ ਅਸੀਂ ਕਹਿੰਦੇ ਆ ਕਿ ਇਹ ਇੱਕ ਵੱਡੇ ਤੌਰ ਤੇ ਜਿਹੜੇ ਸਾਡੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਨਹੀਂ ਜਾਂ ਫਿਰ ਐਕਟਿਵਿਸਟ ਜਿਹੜੇ ਨੇ ਉਹ ਕਿੱਥੇ ਗਾਇਬ ਨੇ ਉਹ ਕਿੱਥੇ ਗਾਇਬ ਨਹੀਂ ਨੇ ਉਹ ਵੀ ਬਕਾਇਦਾ ਰਿਚਮੈਂਡ ਹਿੱਲ ਦੇ ਵਿੱਚ ਮੌਜੂਦ ਨੇ ਜਿਹਨੂੰ ਇਲਾਕੇ ਹਰਮਿੰਦਰ ਸਿੰਘ ਆਲੂ ਵਾਲੀਆ ਬਕਾਇਦਾ ਉਹ ਵੀ ਇੱਥੇ تشریف ਫਰਮਾਨ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਬਜ਼ੁਰਗਾਂ ਨਾਲ ਕੁਝ ਹੋਏਗਾ ਤੇ ਮੈਂ ਵੀ ਇੱਥੇ ਮੌਜੂਦ ਹਾਂ ਉਹਨਾਂ ਦੀ ਸੇਵਾ ਦੇ ਲਈ ਉਹ ਵੀ ਅੱਜ ਬਕਾਇਦਾ ਸਾਡੇ ਨਾਲ ਇੱਥੇ ਪਹੁੰਚੇ ਨੇ ਮੇਰੇ ਨਾਲ ਇੱਥੇ ਕੋਲੀ ਜੀ ਪਹੁੰਚੇ ਨੇ ਜੋ ਕਿ ਰਿਚਮੈਂਡ ਹਿੱਲ ਦੀ ਜਾਨੀ ਮਾਨੀ ਸ਼ਖਸੀਅਤ ਨੇ ਔਰ ਜਦ ਵੀ ਬਜ਼ੁਰਗਾਂ ਦੀ ਸੇਵਾ ਸੰਭਾਲ ਦੀ ਗੱਲ ਆਉਂਦੀ ਹੈ ਉਹ ਹਮੇਸ਼ਾ ਇਸ ਗੱਲ ਨੂੰ ਸਭ ਤੋਂ ਪਹਿਲਾਂ ਰੱਖ ਕੇ ਬਜ਼ੁਰਗਾਂ ਦੀ ਸੇਵਾ ਲਈ ਪਹੁੰਚਿਆ ਇਹ ਹੋਮ ਵਾਸ਼ ਕੇਅਰ ਗਿਵਰਸ ਜੀ ਤੁਸੀਂ ਐਡ ਜਸ ਪੰਜਾਬੀ ਦੇ ਉੱਤੇ ਵੇਖਦੇ ਵੀ ਹੋ ਇਹਨਾਂ ਨੂੰ ਤੁਸੀਂ ਸੁਣਦੇ ਵੀ ਹੋ ਲੇਕਿਨ ਇਹਨਾਂ ਨੂੰ ਇਹ ਸੁਪਣਾ ਜਿਹੜਾ ਆਇਆ ਕਿਉਂ ਇਹਨਾਂ ਨੂੰ ਕਿਉਂ ਲੱਗਿਆ ਕਿ ਵਾਕਈ ਪੰਜਾਬੀਆਂ ਦੇ ਇਸ ਲਿਟਲ ਪੰਜਾਬ ਦੇ ਵਿੱਚ ਇਹ ਸਭ ਤੋਂ ਅਹਿਮ ਜ਼ਰੂਰੀ ਹੈ ਜਿੱਥੇ ਅਸੀਂ ਮੰਨਦੇ ਹਾਂ ਗੁਰਦੁਆਰਾ ਸਾਹਿਬਾਨ ਜ਼ਰੂਰੀ ਨੇ ਕਿਉਂਕਿ ਉਹ ਸਾਨੂੰ ਇੱਕ ਸੁਨੇਹਾ ਦਿੰਦੇ ਨੇ ਜਿੱਥੇ ਜਾ ਕੇ ਅਸੀਂ ਕੁਝ ਸਿੱਖਦੇ ਹਾਂ ਉਹਦੇ ਨਾਲ ਨਾਲ ਅਜਿਹੀਆਂ ਏਜੰਸੀਆਂ ਕਿਉਂ ਜ਼ਰੂਰੀਆਂ ਨੇ ਉਦੇ ਬਾਰੇ ਵੀ ਅਸੀਂ ਜਰੂਰ ਜਾਣਾਂਗੇ ਚੇਤਨ ਜੀ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਚੇਤਨ ਜੀ ਦਾ ਕਹਣਾ ਚਾਹਾਂਗਾ ਉਹਨਾਂ ਦੀ ਬਕਾਇਦਾ ਪੂਰੀ ਟੀਮ ਇੱਥੇ ਮੌਜੂਦ ਹੈਗੀ ਹੈ ਉਹ ਵੀ ਸਾਡੇ ਨਾਲ ਰابطਾ ਕਰੇਗੀ ਚੇਤਨ ਜੀ ਐਂਡਰੀਨਾ ਜੀ ਕਿੰਨਾ ਜ਼ਰੂਰੀ ਹੋ ਜਾਂਦਾ ਇਸ ਲਿਟਲ ਪੰਜਾਬ ਦੇ ਵਿੱਚ ਸੇਵਾ ਦਾ ਫਲਸਫਾ ਨਾਲ ਲੈ ਕੇ ਐਂਡ ਵਾਈ ਵੀ ਹੈਵ ਟੂ ਹੈਵ ਥਿਸ ਕਾਈਂਡ ਆਫ ਸਰਵਿਸਿਸ ਹੇਅਰ ਇਨ ਰਿਚ ਮਨਹੱਤ ਅੰਜੀ ਸਸਰੇ ਕਾਜੀ ਮੇਰਾ ਨਾਮ ਚੇਤਨ ਹੈ ਸਾਡੀ ਏਜੰਸੀ ਤੇ ਹੈ ਲਿਬਰਟੀ ਤੇ 120 -13 ਤੇ ਸਾਡਾ ਮੇਨ ਪਰਪਸ ਇੱਥੇ ਹੈ ਕਿ ਇੱਥੇ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਤੇ ਜਿਹਨੇ ਬਜ਼ੁਰਗ ਹੈ ਖਾਸ ਕਰਕੇ ਜਿਹੜੇ ਇੰਡੀਆ ਤੋਂ ਆਏ ਹਨ ਉਹਨਾਂ ਨੂੰ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਮੈਡੀਕੇਡ ਆਫਿਸ ਜਾਣਾ ਅੰਗਰੇਜ਼ੀ ਵਿੱਚ ਬੋਲਣਾ ਉਹਨਾਂ ਦਾ ਕਮਿਊਨੀਕੇਟ ਕਰਨਾ ਉਹਨਾਂ ਨੂੰ ਡਿਫਿਕਲਟ ਹੁੰਦੀ ਹੈ ਤੇ ਅਸੀਂ ਇੱਥੇ ਉਹਨਾਂ ਦੀ ਹੈਲਪ ਕਰਦੇ ਹਾਂ ਉਹਨਾਂ ਦੇ ਮੈਡੀਕੇਡ ਇੰਸ਼ੋਰੈਂਸ ਦੇ ਨਾਲ ਉਹਨੂੰ ਫੂਡ ਸਟੈਂਪਸ ਦੀ ਕੋਈ ਪ੍ਰੋਬਲਮ ਹੈ ਰੈਂਟ ਦੀ ਕੋਈ ਪ੍ਰੋਬਲਮ ਹੈ ਅਸੀਂ ਉਹਨਾਂ ਦੀ ਰੈਂਟ ਦੀ ਵੀ ਮਦਦ ਕਰਾਉਂਦੇ ਹਾਂ ਸਟੇਟ ਦੇ ਕੋਲ ਜਿਹਨੇ ਵੀ ਬੈਨੀਫਿਟਸ ਇੱਥੇ ਬਜ਼ੁਰਗਾਂ ਦੇ ਲਈ ਹੈ ਅਸੀਂ ਉਹਨ ਤੇ ਉਹਨਾਂ ਦੀ ਮਦਦ ਕਰਦੇ ਆ ਉਹਨਾਂ ਨੂੰ ਦਿਲਾਨ ਵਿੱਚ ਤੇ ਦੂਜਾ ਸਾਡਾ ਹੈ ਕਿ ਅਗਰ ਕੋਈ ਬਜ਼ੁਰਗ ਜਿਨ੍ਹਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਜਾਂ ਉਹਨਾਂ ਨੂੰ ਅਕੇਲੇ ਹੈ ਉਹਨਾਂ ਨੂੰ ਖਾਣ-ਪੀਣ ਤੇ ਆਪਣੇ ਸਫਾਈ ਵਿੱਚ ਪ੍ਰੋਬਲਮ ਹੈ ਤੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਹੋਮ ਹੈਲਥ ਏਡਸ ਤੇ ਉਹ ਵੀ ਸਾਡਾ ਗਵਰਨਮੈਂਟ ਦਾ ਪ੍ਰੋਗਰਾਮ ਹੈ ਇੱਥੇ ਨਿਊਯਾਰਕ ਸਟੇਟ ਦਾ ਉਹਨਾਂ ਨੂੰ ਕੋਈ ਪੈਸੇ ਪੇ ਨਹੀਂ ਕਰਨ ਦੀ ਲੋੜ ਦੇ ਲਈ ਉਹਨਾਂ ਦੀ ਉਹਨਾਂ ਦੀ ਪੂਰਾ ਇੰਸ਼ੋਰੈਂਸ ਦਾ ਪ੍ਰੋਸੈਸ ਜਿਹੜਾ ਵੀ ਹੈ ਹੈ ਪ੍ਰੋਸੈਸ ਤੁਹਾਨੂੰ ਲੱਗਦੇ ਮਹੀਨਾ ਮਹੀਨਾ ਸਵਾ ਮਹੀਨਾ ਪਰ ਅਸੀਂ ਤੁਹਾਡਾ ਸਾਰਾ ਪ੍ਰੋਸੈਸ ਫਾਲੋ ਥਰੂ ਕਰਾ ਕੇ ਤੁਹਾਨੂੰ ਐਕਟਿਵ ਕਰਾ ਕੇ ਤੁਹਾਡੇ ਲਈ ਏ ਤੁਹਾਡੇ ਘਰ ਵਿੱਚ ਸੇਵਾ ਦੇ ਲਈ ਭੇਜਦੇ ਆ ਤੇ ਆ ਪਰਪਸ ਇਸ ਬੇਸਿਕਲੀ ਟੂ ਟੇਕ ਕੇਅਰ ਆਫ ਓਲਡਰ ਪੀਪਲ ਲਾਈਕ ਹਰਕੀਰਤ ਜਸਟ ਮੈਂਸ਼ਨਡ ਕਿ ਹਮ ਉਹਨਾਂ ਨੇ ਹਮਾਰੇ ਲਈ ਇਤਨਾ ਕੁਝ ਕੀਤਾ ਅਸੀਂ ਇੱਥੇ ਹੈ ਉਹਨਾਂ ਦੇ ਵਜੇ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਪੜਾਈ ਲਿਖਾਈ ਸਿਖਾਈ ਸਭ ਕੁਝ ਇੱਥੇ ਕਿਦਾਂ ਹੈ ਨਾਓ ਸਾਡਾ ਫਰਜ਼ ਬੰਦਾ ਹੈ ਹਾਊ ਵੀ ਕੈਨ ਟੇਕ ਕੇਅਰ ਆਫ ਥੈਮ ਗੀਵਿੰਗ ਬੈਕ ਟੂ ਥੈਮ ਆਲ ਰਾਈਟ ਫਰਸ ਵੀ ਹੈਵ ਟੂ ਮੇਕ ਸ਼ੂਰ ਦੈਟ ਵੀ ਹੈਵ ਟੂ ਗਿਵ ਬੈਕ ਟੂ ਥੈਮ 7188977711 ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹ ਸਿਰਫ ਨਿਊਯਾਰਕ ਦੇ ਵਿੱਚ ਸੇਵਾਵਾਂ ਦਿੰਦੇ ਹਨ ਜੇਕਰ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਉੱਥੇ ਦੀ ਏਜੰਸੀ ਨਾਲ ਜੁੜਨਾ ਪਏਗਾ ਪਰ ਇਹ ਨਿਊਯਾਰਕ ਦੇ ਵਿੱਚ ਰਹਿੰਦੇ ਵਸਨੀਕ ਜਿਹੜੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹ ਇਹਨਾਂ ਨੂੰ ਕਾਲ ਕਰ ਸਕਦੇ ਨੇ ਇਹਨਾਂ ਨੂੰ ਇਹਨਾਂ ਨਾਲ ਗੱਲ ਕਰ ਸਕਦੇ ਨੇ ਫ੍ਰੀ ਪਰਸਨਲ ਕੰਸਲ And we always mention, you know, uh, the first generation, they are the backbone of, you know, for Indian American society, and of course for America. And now we are avoiding them. Mm -hmm. Why this agency is there to help them, to take care of them? First of all, just thank you for tuning in this afternoon. It is such an honor to be here with uh, Jitender Singh Poparai, uh, Mr. Kohli Japneet Singh, who is our brother, running. Um, you know, our seniors uh, that come from India or that have, uh, have been here for a while, if you don't have your health, um, you, you know, you don't have much. And so, uh, teaming up with our gurdwara, with our politicians, with our doctors, we are here to provide that day to day care that can allow you to live peacefully in your home. Everyone's desire is to wake up every morning, have a fresh meal, take a shower. Take your medications, get to the doctor. And sometimes we don't think about how valuable it is to have help to do that. So we are here, our doors are always open. We do not charge for our services. If you are lost um, as a daughter or son, um, as a grandchild, if you know that your grandparent, your uncle, aunt need help, you just don't even know where to start. It starts with good help and good care. We are here for you. We are working as a community on Liberty Avenue in Richmond Hill for our Punjabi community. We're Punjabi owned. and no one does what we do here and we are here for you it is very important if you have your health you have everything in life ਬਿਲਕੁਲ ਜਿਵੇਂ ਰੀਨਾ ਹੋਰਾਂ ਨੇ ਦੱਸਿਆ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਹੈਲਥ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਡੇ ਬੱਚਿਆਂ ਦੇ ਕੋਲ ਟਾਈਮ ਨਹੀਂ ਹੈਗਾ ਉਹ ਤੁਹਾਨੂੰ ਟਾਈਮ ਨਹੀਂ ਦੇ ਪਾਰੇ ਤਾਂ ਇਹ ਏਜੰਸੀ ਤੁਹਾਡੀ ਸੇਵਾ ਕਰੇਗੀ ਏਜੰਸੀ ਕਹੇਗੀ ਕਿ ਤੁਸੀਂ 718897771 ਤੇ ਫੋਨ ਕੁਮਾਓ ਸਾਡੇ ਕੋਲ ਆਓ ਤੇ ਜਿੰਨੀਆਂ ਵੀ ਇਹ ਸੇਵਾਵਾਂ ਤੁਹਾਨੂੰ ਚਾਹੀਦੀ ਹੈ ਉਹ ਸਾਡੇ ਤੋਂ ਪਾਓ ਔਰ ਇਹਨਾਂ ਦੇ ਕੋਲ ਸੇਵਾਵਾਂ ਪਾ ਕੇ ਤੁਸੀਂ ਵਾਕਈ ਆਪਣੇ ਆਪ ਨੂੰ ਵੀ ਖੁਸ਼ ਸਕਦੇ ਹੋ ਆਪਣੀ ਮਾਨਸਿਕਤਾ ਨੂੰ ਵੀ ਖੁਸ਼ ਰੱਖ ਸਕਦੇ ਹੋ ਪੀਸ ਤੇ ਲਵ ਤੇ ਹੈਪੀਨੈਸ ਤੇ ਜॉय ਤੁਹਾਡੀ ਲਾਈਫ ਦੇ ਵਿੱਚ ਹੋਮ ਵਾਚ ਕੇਅਰ ਗਿਵਰਸ ਜਿਹੜੀ ਏਜੰਸੀ ਹੈ ਲੈ ਕੇ ਆਏਗੀ ਰੀਨਾ ਸ਼ਰਮਾ ਅਤੇ ਚੇਤਨ ਸ਼ਰਮਾ ਬਕਾਇਦਾ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਗੇ ਮੇਰੇ ਨਾਲ ਇੱਥੇ ਹੁਣ ਬਕਾਇਦਾ ਸੈਕਲਚਰ ਸੁਸਾਇਟੀ ਜੋ ਕਿ ਸਾਡੀ ਈਸਟ ਕੋਸਟ ਦੀ ਮਦਰ ਸੁਸਾਇਟੀ ਹੈ ਉਹਦੇ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਬੋਪਾ ਰਾਏ ਮੌਜੂਦ ਨਹੀਂ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਇੱਕ ਵਾਰੀ ਖੜ ਕੇ ਸਾਨੂੰ ਜਰੂਰ ਦੱਸਣ ਕਿ ਅਜੇ ਹੀ ਏਜੰਸੀਆਂ ਜਿਹੜੀਆਂ ਹਨ ਉਹਨਾਂ ਦੀ ਕਿੰਨੀ ਲੋਡ ਹੈਗੀ ਹੈ ਸਾਨੂੰ ਰਿਚਮੰਡ ਹਿੱਲ ਦੇ ਵਿੱਚ ਔਰ ਬਕਾਇਦਾ ਜਦ ਉਹ ਸੇਵਾ ਦੀ ਗੱਲ ਹੁੰਦੀ ਹੈ ਤਾਂ ਸੋਸ ਕਲਚਰ ਸੁਸਾਇਟੀ ਦੇ ਮੁਖ ਸੇਵਾਦਾਰ ਜਤਿੰਦਰ ਸਿੰਘ ਬੋਪਾ ਰਾਏ ਵੀ ਸਭ ਤੋਂ ਪਹਿਲੀ ਅਹਿਮੀਅਤ ਜਿਹੜੀ ਹੈ ਉਹ ਬਜ਼ੁਰਗਾਂ ਦੀ ਸੇਵਾ ਨੂੰ ਦਿੰਦੇ ਹਨ ਔਰ ਉਸ ਗਿਵਿੰਗ ਬੈਕ ਟੂ ਕਮਿਊਨਿਟੀ ਦੀ ਸਪਿਰਿਟ ਵੀ ਉਹ ਆਪਣੇ ਖੁਦ ਆਪ ਅੰਦਰ ਵੀ ਰੱਖਦੇ ਹਨ ਕੋਈ ਗੱਲ ਕਰਦਾ ਲੇਕਿਨ ਇਹ ਕਰਕੇ ਦਿਖਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀਨ ਦੀ ਰਾਜਧਾਨੀ ਰਿਚਮਨਲ ਰਿਚਮਨਲ ਜੋ ਪੰਜਾਬੀਆਂ ਦਾ ਗੜਿਆ ਅਸੀਂ ਆਪਣੇ ਆਪ ਨੂੰ ਵਡਪਾ ਕੇ ਕਹਿ ਸਕਦੇ ਆ ਕਿਉਂਕਿ ਸਾਨੂੰ ਬੜੀ ਜ਼ਰੂਰਤ ਸੀ ਕਿ ਜੋ ਸੀਨੀਅਰ ਸਿਟੀਜ਼ਨ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਤਨ ਸ਼ਰਮਾ ਜੀ ਤੇ ਭੈਣ ਜੀ ਦੀਨਾ ਸ਼ਰਮਾ ਜੀ ਜਿਨ੍ਹਾਂ ਨੇ ਐਫਰਟਸ ਕੀਤੇ ਨੇ ਤੇ ਇਹ ਪੰਜਾਬੀਆਂ ਦੇ ਘੜ ਵਿੱਚ ਪੰਜਾਬੀਆਂ ਦੀ ਸਹੂਲਤ ਵਾਸਤੇ ਇਹ ਆਪਣਾ ਹੋਮ ਵਾਚ ਕੇਅਰ ਜਿਹੜਾ ਆਫਿਸ ਖੋਲਿਆ ਵਾ ਉਹਦੇ ਵਿੱਚ ਸ਼ਰਮਾ ਜੀ ਨੇ ਆਲਰੇਡੀ ਬੜਾ ਕਲੀਅਰ ਦੱਸਿਆ ਵਾ ਕਿ ਇਹ ਸਪੈਸ਼ਲ ਜਿਹੜਾ ਵਾ ਇਹ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੀ ਹੈਲਪ ਵਾਸਤੇ ਆ ਸਭ ਤੋਂ ਵੱਡੀ ਜਿਹੜੀ ਇੱਥੇ ਗੱਲ ਇਹ ਆ ਕਿ ਇੱਥੇ ਤੁਸੀਂ ਆਪਣੀ ਭਾਸ਼ਾ 'ਚ ਪੰਜਾਬੀ ਦੇ ਵਿੱਚ ਆ ਕੇ ਗੱਲ ਕਰ ਸਕਦੇ ਹਿੰਦੀ ਦੇ ਵਿੱਚ ਗੱਲ ਕਰ ਸਕਦੇ ਹੋ ਉਰਦੂ ਦੇ ਵਿੱਚ ਕਰ ਸਕਦੇ ਹਾਂ ਇੰਗਲਿਸ਼ ਆਫ ਕੋਰਸ ਇੰਗਲਿਸ਼ 'ਚ ਤੇ ਕਰ ਸਕਦੇ ਹੋ ਪਰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਆ ਕੇ ਗੱਲ ਕਰ ਸਕਦੇ ਹੋ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੈ ਜੇ ਤੁਹਾਨੂੰ ਘਰ ਦੇ ਵਿੱਚ ਕੋਈ ਅਟੈਂਡਿੰਗ ਦੀ ਲੋੜ ਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਤੁਹਾਡੇ ਕੋਲ ਲੀਗਲ ਹੈ ਆ ਇਮੀਗ੍ਰੇਸ਼ਨ ਸਟੇਟਸ ਹੋਣਾ ਚਾਹੀਦਾ ਵਾ ਉਹਦੇ ਨਾਲ ਤੁਹਾਨੂੰ ਇਹ ਤੁਹਾਡੀਆਂ ਸਾਰੀਆਂ ਸਵਾਲਾਂ ਦੇਣਗੇ ਜੇ ਤੁਹਾਡੇ ਕੋਲ ਅਨਸੂਨਸ ਨਹੀਂ ਗਈ ਤੁਹਾਨੂੰ ਅਨਸੂਨਸ ਵੀ ਲੈ ਕੇ ਦੇਣਗੇ ਸੋ ਮੇਰਾ ਐਕਸਪੀਰੀਅੰਸ ਇਹਨਾਂ ਦੇ ਨਾਲ ਇਹਨਾਂ ਦੀਆਂ ਹੋਰ ਵੀ ਬ੍ਰਾਂਚਾਂ ਹੈਗੀਆਂ ਨੇ ਸੋ ਇਹ ਬੜੇ ਹੈਲਪਫੁਲ ਨੇ ਤੇ ਸਾਨੂੰ ਜਰੂਰ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਕਿਉਂਕਿ ਜਦੋਂ ਕੋਈ ਆਪਣਾ ਭੈਣ ਭਰਾ ਕਿਉਂਕਿ ਉਹਨੇ ਕੋਈ ਪਿੰਡੇ ਤੇ ਦੁੱਖ ਹੰਡਾਇਆ ਹੁੰਦਾ ਵਾ ਉਹਨੇ ਚੀਜ਼ ਉਹ ਵੇਖੀ ਹੁੰਦੀ ਆ ਕਿ ਕਿਹੜੀ ਚੀਜ਼ ਦੀ ਇੱਥੇ ਲੋੜ ਐ ਸੋ ਇਹਨਾਂ ਇਹ ਚੀਜ਼ ਸਮਝੀ ਆ ਕਿ ਰਿਚ ਮੀਹਲ ਦੇ ਵਿੱਚ ਸਾਡੀ ਜਿਹੜੀ ਆ ਸਿੰਧੀਆ ਸਿਟੀਜ਼ਨ ਜਿਹੜੇ ਨੇ ਕਾਫੀ ਤਦਾਦ ਦੇ ਵਿੱਚ ਨੇ ਸੋ ਉਹਨਾਂ ਨੂੰ ਇਸ ਸਮੇਂ ਤੇ ਲੋੜ ਆ ਕਿਉਂਕਿ ਸਾਡੇ ਇੱਥੇ ਅਮਰੀਕਾ ਦੇ ਸਪੈਸ਼ਲੀ ਰਜੇ ਵੇਦੰਦੇ ਆ ਕਿ ਬੱਚੇ jobbਾਂ ਤੇ ਚਲੇ ਜਾਂਦੇ ਆ ਆ ਬੱਚੇ ਛੋਟੇ ਬੱਚੇ ਜਿਹੜੇ ਆ ਉਹ ਸਕੂਲਾਂ ਚ ਜਾਂਦੇ ਆ ਕਾਲਜਾਂ ਜਾਂਦੇ ਆ ਸੋ ਉਹਨਾਂ ਦੀ ਟੇਕ ਕਰਵਾਉਣ ਵਾਸਤੇ ਸਾਡੇ ਕੋਲ ਟਾਈਮ ਥੋੜਾ ਹੁੰਦਾ ਵਾ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਆ ਪਰ ਟਾਈਮ ਦੀ ਕਰਤ ਕਰਕੇ ਸਾਨੂੰ ਜੇ ਸਿਟੀ ਵੱਲੋਂ ਕੋਈ ਬੈਨੀਫਿਟ ਮਿਲਦੇ ਨੇ ਤੇ ਸਾਨੂੰ ਜ਼ਰੂਰ ਹੋਮ ਵਾਚ ਕੇਅਰ ਵਾਲਿਆਂ ਦੇ ਕੋਲ ਆ ਕੇ ਉਹਦਾ ਫਾਇਦਾ ਲੈਣਾ ਚਾਹੀਦਾ ਜੀ ਬਿਲਕੁਲ ਬਹੁਤ ਜ਼ਰੂਰੀ ਹੋ ਜਾਂਦਾ ਹੈ ਔਰ ਸਭ ਤੋਂ ਖਾਸ ਗੱਲ ਇਸ ਹੋਮ ਵਾਚ ਕੇਅਰ ਗੀਵਰਸ ਵਿੱਚ ਕਿ ਤੁਹਾਨੂੰ ਘਰੋਂ ਦੀ ਲੋੜ ਨਹੀਂ ਜੇਬ 'ਚ ਡਾਲਰ ਨਹੀਂ ਹੈਗੇ ਔਰ ਤੁਹਾਨੂੰ ਲੱਗਦਾ ਕਿ ਮੈਂ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਮੈਂ ਜਾ ਕੇ ਕਿਵੇਂ ਲਵਾਂਗਾ ਲੇਕਿਨ ਇਹ ਪੈਸੇ ਨੂੰ ਨਹੀਂ ਦੇਖ ਰਹੇ ਤੁਹਾਡੀ ਸੇਵਾ ਨੂੰ ਵੇਖ ਰਹੇ ਨੇ 718897771 ਹੈ ਇਸ ਨੰਬਰ ਨੂੰ ਘੁਮਾ ਲਓ ਫੋਨ ਮਿਲਾ ਲਓ ਤੇ ਸ਼ੇਤੀ ਇਹਨਾਂ ਦੇ ਕੋਲ 120-13 ਲਿਬਰਟੀ ਐਵੇਨਿਊ ਵਿਖੇ ਆ ਜਾਓ ਤੇ ਸਿਮੀ ਇੱਥੇ ਤੁਹਾਨੂੰ ਮਿਲਣਗੇ ਇਹਨਾਂ ਦੀ ਹੋਰ ਵੀ ਬਕਾਇਦਾ ਟੀਮ ਹੈ ਵਿਕਾਸ ਉਹ ਵੀ ਬਕਾਇਦਾ ਮਿਲਣਗੇ ਤੁਸੀਂ ਆ ਕੇ ਸਿਮੀ ਵਿਕਾਸ ਕਹੋ ਤਾਂ ਤੁਹਾਨੂੰ ਪੂਰੀ ਸੇਵਾ ਦਿੱਤੀ ਜਾਏਗੀ ਇਹਨਾਂ ਦੀ ਟੀਮ ਦੇ ਵਿੱਚ ਹੋਰ ਵੀ ਜਿਹੜੇ ਇਹਨਾਂ ਦੇ ਨਾਲ EMPLOYEES ਨੇ ਉਹ ਵੀ ਤੁਹਾਨੂੰ ਇੱਕ ਹੀ ਗੱਲ ਕਹਿ ਰਹੇ ਨੇ ਕਿ ਤੁਹਾਡੀ ਸੇਵਾ ਲਈ ਅਸੀਂ ਹਾਜ਼ਰ ਹਾਂ ਜਪਨੀਤ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਰਾਬਤਾ ਕਰਾਂਗੇ ਫਿਲਹਾਲ ਇੱਕ ਬ੍ਰੇਕ ਲਈ ਅਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਜਦ ਅਸੀਂ ਵਾਪਸ ਆਵਾਂਗੇ ਜਪਨੀਤ ਸਿੰਘ ਦੇ ਕੀ ਪਲਾਨਸ ਨੇ ਜੇਕਰ ਚੁਣ ਕੇ ਆਉਂਦੇ ਨੇ ਸੀਨੀਅਰ ਸਿਟੀਜ਼ਨਸ ਦੀ ਸੇਵਾ ਸੰਭਾਲ ਐ ਕਿਸ ਤਰੀਕੇ ਨਾਲ ਕਰਨਗੇ ਔਰ ਕਿਵੇਂ ਜਿਹੜੀ ਹੈ ਏਜੰਸੀ ਹੈ ਇਨੋਵੀਅਮ ਪਾਵਰ ਕਰਨਗੇ ਤੇ ਸਾਡੀ ਜਿਹੜੀ ਸੀਨੀਅਰ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਵੀ ਐਮ ਪਾਵਰ ਕਰਨਗੇ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਸਾਂਝੇ ਮਸਲੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਜਦ ਮਸਲੇ ਸਾਂਝੇ ਹੁੰਦੇ ਹਨ ਤਾਂ ਫਿਰ ਹਰ ਐਤਵਾਰ ਨੂੰ ਅਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਆਉਂਦੇ ਆਂ ਅੱਜ ਮਸਲਾ ਜਿਹੜਾ ਹੈਗਾ ਸਾਡੇ ਬਜ਼ੁਰਗਾਂ ਦੀ ਸੇਵਾ ਸੰਭਾਲ ਦਾ ਮਸਲਾ ਹੈ ਨਿਊਯਾਰਕ ਦੇ ਵਿੱਚ ਕੁਇਨਸ ਦੇ ਵਿੱਚ ਇਸ ਲਿਟਲ ਪੰਜਾਬ ਦੇ ਵਿੱਚ ਜੋ ਕਿ ਸਿੱਖਾਂ ਦਾ ਪੰਜਾਬੀਆਂ ਦਾ ਸਿਆਸੀ ਗੜ ਮੰਨਿਆ ਜਾਂਦਾ ਹੈ ਇੱਥੇ ਸੇਵਾ ਸੰਭਾਲ ਦੀ ਗੱਲ ਹੋ ਰਹੀ ਹੈ ਬਜ਼ੁਰਗਾਂ ਲਈ ਔਰ ਜਦ ਮੈਂ ਸੇਵਾ ਸੰਭਾਲ ਦੀ ਗੱਲ ਕਰਦਾ ਤਾਂ ਅਸੀਂ ਇਹ ਵੀ ਸਮਝਦੇ ਹਾਂ ਕਿ ਸਾਡੀ ਜੰਗ ਜਨਰੇਸ਼ਨ ਨੂੰ ਅੱਗੇ ਆਣਾ ਚਾਹੀਦਾ ਹੈ ਉਹਨਾਂ ਨੂੰ empower ਕਰੋ ਤਾਂ ਕਿ ਉਹ ਸਿਟੀ ਹਾਲ ਦੇ ਵਿੱਚ ਜਾ ਕੇ ਫੰਡਸ ਲਿਆ ਸਕਣ ਔਰ ਬਜ਼ੁਰਗਾਂ ਦੀ ਸੇਵਾ ਬਕਾਇਦਾ ਹੋ ਚੁੱਕਣ ਔਰ ਉਹ ਜਿਹੜੀ ਫੰਡਸ ਨੇ ਉਹ ਅੱਜ ਹੀ ਆਰਗੇਨਾਈਜੇਸ਼ਨਸ ਨੂੰ ਦੇ ਸਕਣ ਤਾਂ ਕਿ ਇਹ ਜਿਹੜੀ ਆਰਗੇਨਾਈਜੇਸ਼ਨਸ ਨੇ ਇਹ ਵੀ ਫੰਡ ਲੈ ਕੇ ਬਜ਼ੁਰਗਾਂ ਦੀ ਸੇਵਾ ਕਰ ਸਕਣ ਲੇਕਿਨ ਆਪਾਂ ਕਰਾਂਗੇ ਕਿਵੇਂ ਜਸ ਪੰਜਾਬੀ ਉਸ ਬ੍ਰਿਜ ਨੂੰ ਜਿਹੜਾ ਹੈਗਾ ਫਿਲ ਕਰਦਾ ਔਰ ਜਸ ਪੰਜਾਬੀ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਇੱਕ ਨੂੰ ਇੱਕ ਨਾਲ ਮਿਲਾਇਆ ਜਾਏ ਤਾਂ ਕਿ ਸਿਰਫ ਗੱਲਾਂ ਹੀ ਨਾ ਹੋਣ ਇੰਪਲੀਮੈਂਟੇਸ਼ਨ ਦੇ ਉੱਤੇ ਕੰਮ ਕੀਤਾ ਜਾ ਸਕੇ ਇਸ ਕਰਕੇ ਅੱਜ ਖੁਦ ਆਪ ਜਪਨੀਤ ਸਿੰਘ ਬਾਕਾਇਦਾ ਇੱਥੇ ਸਾਡੇ ਨਾਲ ਪਹੁੰਚੇ ਨੇ ਜੋ ਕਿ ਸਿਟੀ ਕੌਂਸਲ ਦੀ ਚੋਣ ਵੀ ਲੜ ਰਹੇ ਨੇ ਜੇਕਰ ਜਿੱਤ ਕੇ ਜਾਂਉਂਦੇ ਨੇ ਕਿਉਂਕਿ ਇਹ ਕਹਿਣਾ ਬੜਾ ਜ਼ਰੂਰੀ ਹੋ ਜਾਂਦਾ ਇਹਨਾਂ ਨੂੰ ਜਿਤਾਉਣਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਜਦ ਤੱਕ ਇਹ ਨੌਜਵਾਨ ਸਿਟੀ ਦੇ ਵਿੱਚ ਹਾਲ ਦੇ ਵਿੱਚ ਨਹੀਂ ਜਾਏਗਾ ਜਦ ਤੱਕ ਆਪਣੀ ਗੱਲ ਨਹੀਂ ਰੱਖੇਗਾ ਫੰਡਸ ਨਹੀਂ ਲਿਆਏਗਾ ਤਾਂ ਇਹ ਅਜੇ ਹੀ ਏਜੰਸੀਆਂ ਵੀ 엠ਪਾਵਰ ਨਹੀਂ ਹੋ ਸਕਦੀਆਂ ਕਿਉਂਕਿ ਇਹ ਅਜਿਹੀਆਂ ਏਜੰਸੀਆਂ ਸੇਵਾ ਲਈ ਆਈਆਂ ਹਨ रीना शर्मा चेतन शर्मा ਇੱਥੇ ਪੈਸੇ ਕਮਾਉਣ ਨਹੀਂ ਇੱਥੇ ਤੁਹਾਡੀ ਸੇਵਾ ਲਈ ਪਹੁੰਚੇ ਨੇ ਜਦ ਤੱਕ ਅਜੇ ਨੌਜਵਾਨ ਨਹੀਂ ਪਹੁੰਚਦੇ ਜਪਨੀਤ ਵੀ ਵੈਲਕਮ ਯੂ ਸੀਨੀਅਰ ਸਿਟੀਜ਼ਨਸ ਦਾ ਕਿੰਨਾ بڑا ਮੁੱਦਾ ਸਾਡੇ ਇਸ ਸਿਆਸੀ ਗੜ ਦੇ ਵਿੱਚ ਇਸ ਲਿਟਰਲ ਪੰਜਾਬ ਦੇ ਵਿੱਚ ਵਾਰਗੂ ਜੀ ਦਾ ਖਾਸਾ ਵਾਰਗੂ ਜੀ ਦੀ ਫਤਿਹ ਫਰਸਟ ਐਂਡ ਫੋਰਮੋਸ ਆਈ ਵਾਂਟ ਟੂ ਥੈਂਕ ਮਿਸਟਰ ਐਂਡ ਮਿਸਿਸ ਸ਼ਰਮਾ ਫੋਰ ਚੂজিং ਲਿਟਰਲ ਪੰਜਾਬ ਲਰ ਗਾਇਨਾ ਟੂ ਓਪਨ ਦਿਸ ਫੈਸਿਲਿਟੀ ਆਈ ਥਿੰਕ ਦੇ ਜਿਹੜੀ ਸਾਰੀ ਜਿਹੜੀ ਆਡੀਅנס ਦੇਖਦੀ ਪਈ ਦੇਖੋ ਰਗਨ ਐਨੀਵਰ Uh, to open this facility, there's a demand for elderly services all across the city, all across uh, Long Island. But they chose right here, Liberty Avenue, the prime location for all immigrant communities to open this facility. That's a very big uh, that, that that shows what kind of people they are and what kind of people, the Indian community in, in, as a whole is. We're a very giving back community, and elderly ser uh, services is a prominent uh, issue that we're going to be fighting on. And uh, we want to push because that's a, you know, we're all products of immigrant uh, moms and dads, uncles, aunties, and we want to make sure we bring more funding through organizations like this one. And we want to make sure we empower organizations like this one because there's a true need, and we're going to make sure we push them forward. Of course. And, Reena, uh, why it is important for us leaders like Japneet, uh, uh, they should be elected and should represent us and our issues back there in City Hall. You know, as Jibneet said, he is—he's going to bring a level of energy. Uh, politics in New York is are not easy. You have to really advocate for your rights. He is a wonderful representation of our Punjabi community we need our people telling city hall and the government what we need and what we need is to make sure that our seniors are respected that they get hours of care in their home they get all the services to make sure that their uh, this stage of their life you know being a senior being our, our elders is one of respect and one of dignity and without politics without albany without government without people like Jabneet and our respected uh, gurdwara leaders here today we can't make that happen. We're on the ground doing this for you, but without your support, without your leadership, without you representing us. So it takes, it takes a team. and we're part of that team and we're here together today correct so jiveri and the sekia team ne aur jehdi team hai eh todi seva zarur karna chahundi hai 7188977711 de tusi phone ghumawange tade kol insurance nahi hai tade ghar de vich koi seva nahi kar pa reya tade bachiyan de kol time nahi hai aur tusi tuhanu avoid kita ja reha hai eh toda legal right hai ਇਸ ਸਟੇਟ ਦੇ ਵਿੱਚ ਤੁਹਾਡੀ ਇਹ ਆਪ ਦਾ ਹੱਕ ਹੈ ਕਿ ਤੁਸੀਂ ਇਸ ਨੰਬਰ ਤੇ ਫੋਨ ਘੁਮਾ ਕੇ ਰੀਨਾ ਸ਼ਰਮਾ ਅਤੇ ਚੇਤਨ ਸ਼ਰਮਾ ਹੋਰਾਂ ਨੂੰ ਕਹੋ ਕਿ ਆ ਕੇ ਮੈਨੂੰ ਮਿਲੋ ਇਹਨਾਂ ਦੀ ਟੀਮ ਜਿਹੜੀ ਹੈ ਬਾਕਾਇਦਾ ਤੁਹਾਨੂੰ ਘਰ ਆ ਕੇ ਵੀ ਮਿਲੇਗੀ ਤੁਹਾਡੇ ਪੇਪਰ ਵਰਕ ਵੀ ਕਰੇਗੀ ਤੁਹਾਨੂੰ ਮੈਡੀਕਲ ਏਡ ਵੀ ਦੇएगी ਤੁਹਾਨੂੰ ਸੀਡੀਪੀਪ ਵੀ ਦੇएगी ਐਚਐਚਏ ਸਰਵਿਸਿਜ਼ ਵੀ ਦੇਗੀ ਫੂਡ ਸਟੈਂਪਸ ਵੀ ਦੇਗੀ ਤੁਹਾਨੂੰ ਮੈਡੀਕੇਟ ਐਪਲੀਕੇਸ਼ਨ ਵੀ ਤੁਹਾਡੀ ਪਰੇਗੀ ਹੋਰ ਕੀ ਚਾਹੀਦਾ ਜਦ ਅਸੀਂ ਕਹਿੰਦੇ ਆ ਕਿ ਸਾਡਾ ਕੰਮ ਪੂਰਾ ਨਹੀਂ ਹੋ ਰਿਹਾ ਤਾਂ ਫਿਰ ਹੋਮ ਵਾਚ ਕੇਅਰਸ ਏਜੰਸੀ ਨੂੰ ਪਰੇਸ਼ਾਨ ਕਰੋ ਇਹਨਾਂ ਨੂੰ ਕਹੋ ਕਿ ਸਾਡਾ ਕੰਮ ਕਰਾ ਕੇ ਦਿਓ ਇਸ ਨੰਬਰ ਤੇ ਫੋਨ ਘੁਮਾ ਦਿਓ ਛੇਤੀ ਔਰ ਆਪਣੇ ਮਸਲਿਆਂ ਨੂੰ ਤੁਸੀਂ ਜਿਹੜਾ ਸੋਲਵ ਕਰਵਾ ਲਿਓ ਹੁਣ ਮੇਰੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਕੋਲੀ 사ंजे ਜਦ ਮਸਲੇ ਹੁੰਦੇ ਨੇ ਤਾਂ ਫਿਰ ਗੱਲ ਜ਼ਰੂਰ ਬਣਦੀ ਹੈ ਕਿ ਅਸੀਂ ਵਸਨੀਕਾ ਤੋਂ ਵੀ ਜਾਣੀ ਹੈ ਰਚਮੰਡ ਹਿੱਲ ਦੇ ਵਸਨੀਕ ਨੇ ਇਹਨਾਂ ਨੂੰ ਕੀ ਲੱਗਦਾ ਕਿੰਨਾ ਜ਼ਰੂਰੀ ਸੀ ਇਸ ਏਜੰਸੀ ਨੂੰ ਹੋਣ ਦੇ ਵਿੱਚ ਆਉਣਾ ਔਰ ਕਮਿਊਨਿਟੀ ਦੀ ਸੇਵਾ ਕਰਨੀ ਕਿੰਨਾ ਜ਼ਰੂਰੀ ਸੀ ਕੋਲੀ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰਿਚਮੰਡਲ ਦੇ ਵਿੱਚ ਰਹਿੰਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਨੂੰ 20 ਸਾਲ ਹੋ ਗਏ ਇਸ ਰਿਚਮੰਡਲ ਦੇ ਰਹਿੰਦੇ ਨੂੰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸ਼ਰਮਾ ਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਸੋਹਣੀ ਸੋਚ ਕੱਢੀ ਹੈ ਕਿ ਸਾਡੇ ਬਜ਼ੁਰਗਾਂ ਵਾਸਤੇ ਕਿੱਦਾਂ ਹੈਲਪ ਕੀਤੀ ਜਾਵੇ ਅਸੀਂ ਬੱਚੇ ਬਾਹਰੋਂ ਆਨੇ ਆ ਗਏ ਕੰਮ ਤੇ ਹੁਣ ਕਰਨੀ ਕਰਸੇ ਸੇਵਾ ਨੂੰ ਦੀ ਉਹਨਾਂ ਦੇ ਹਰ ਤੰਨੇ ਹੈਲਪ ਕਰਨ ਵਾਸਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸ਼ਰਮਾ ਜੀ ਦਾ ਜਦੋਂ ਵੀ ਇਹਨਾਂ ਨੂੰ ਕੋਈ ਸਾਡੀ ਵੀ ਲੋੜ ਪੈਗੀ ਅਸੀਂ ਉਹਨਾਂ ਉਹ ਦਿੰਦੇ ਹੁਣ ਇਹ ਚੌਕਣੀ ਤੱਕ ਹੀ ਕਰੇ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਠੀਕ ਹੈ ਜੀ 7188977711 ਇਹ ਨੰਬਰ ਹੈ ਜਿਵੇਂ ਕਿ ਆ ਕਿ ਸ਼ਰਮਾ ਜੀ ਸਾਡੀ ਸੇਵਾ ਕਰ ਰਹੇ ਨੇ ਸ਼ਰਮਾ ਜੀ ਨੂੰ ਤੁਸੀਂ ਵੀ ਕਾਲ ਲਾ ਸਕਦੇ ਹੋ ਉਹਨਾਂ ਨਾਲ ਸੇਵਾ ਦੀ ਜਿਹੜੀ ਗੱਲ ਹੈ ਉਹ ਕਿਵੇਂ ਕਰਨੀ ਹੈ ਕਿਵੇਂ ਉਹਨਾਂ ਤੋਂ ਕਰਵਾਉਣੀ ਹੈ ਇਹ ਤੁਸੀਂ ਕਾਲ ਕਰਕੇ ਉਹਨਾਂ ਨੂੰ ਪੁੱਛਣਾ ਜੇਕਰ ਤੁਸੀਂ ਨਿਊਯਾਰਕ ਦੇ ਵਿੱਚ ਰਹਿੰਦੇ ਹੋ ਸਾਡੇ ਨਾਲ ਇੱਥੇ ਪੈਂਜੀ ਵੀ ਮੌਜੂਦ ਨੇ ਪੈਂਜੀ ਕੀ ਕਹਿਣਾ ਚਾਹੋਗੇ ਇਸ ਏਜੰਸੀ ਬਾਰੇ ਔਰ ਇਸ ਸਰਵਿਸ ਸਿਸਟਮ ਨੂੰ ਤੁਸੀਂ ਲਿੱਤਾ ਕਿਵੇਂ ਮਹਿਸੂਸ ਕਰਦੇ ਹੋ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਮੈਂ ਮੇਰਾ ਇਸ ਏਜੰਸੀ ਦੇ ਨਾਲ तकरीबन 3-4 ਸਾਲ ਤੋਂ ਵਾਪਿਆ ਬਹੁਤ ਵਧੀਆ ਲੋਕ ਹੈ ਬਹੁਤ ਵਧੀਆ ਭਾਜੀ ਦਾ ਸੁਭਾਅ ਵਧੀਆ ਜਦੋਂ ਦੋਰ ਤੋਂ ਨੰਗੋ ਕੋਈ ਰਿਕਵੈਸਟ ਕਰੋ ਬੜੀ ਰਿਸਪੈਕਟ ਦੇ ਨਾਲ ਸੁਣਦੇ ਆ ਤੇ ਬਹੁਤ ਰਿਸਪੈਕਟ ਕਰਕੇ ਪੂਰਾ ਕੰਮ ਮੁਕੰਮਲ ਕਰਦੇ ਆ ਤੇ ਮੈਨੂੰ ਬੜਾ ਮਾਣ ਆ ਮੈਂ ਮਾਣ ਦੇ ਨਾਲ ਬਹੁਤ ਵਾਰੀ ਇਹਨਾਂ ਕੋਲ ਜਦੋਂ ਵੀ ਆਉਣੀ ਆ ਮੈਨੂੰ ਬੜਾ ਮਾਣ ਹੁੰਦਾ ਕਿ ਮੇਰੇ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਹਰ ਕੰਮ ਮੇਰਾ ਪੂਰਾ ਹੋ ਜਾਏਗਾ ਐਂਡ ਕਰਦੇ ਵੀ ਆ ਤੇ ਬਹੁਤ ਵਧੀਆ ਸੁਭਾਅ ਦੇ ਵੀ ਆ ਰਿਸਪੈਕਟ ਵੀ ਕਰਦੇ ਆ ਜਿਹੜੇ ਘਰ 'ਚ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਟੀਵੀ ਤੇ ਕਹਿਣਾ ਚਾਹੂੰਗੀ ਜੇ ਕੋਈ ਵੀ ਘਰ 'ਚ ਬਜ਼ੁਰਗ ਜਿਨ੍ਹਾਂ ਨੂੰ ਲੋੜ ਹੈ ਇਸ ਟਾਈਮ ਆਪਣੀ ਸੇਵਾ ਕਰਨ ਦੀ ਕਿਸੇ ਵੀ ਚੀਜ਼ ਦੀ ਸਫਾਈ ਦੀ ਆਪਣੀ ਚੁੱਕਣ ਧਵਾਉਣ ਦੀ ਖਾਣੇ ਦੀ ਹਰ ਹੈਲਪਲੀ ਇਹ ਏਡ ਉਹਨੂੰ ਵਧੀਆ ਏਡ ਦੇਣਗੇ ਐਂਡ ਜੇ ਏਡ ਕਦੀ ਉਹਨਾਂ ਤੋਂ ਪਰੇ ਉਰੇ ਹੋਵੇ ਉਹ ਉਹਨਾਂ ਦੀ ਰਿਕਵੈਸਟ ਇਹ ਪੂਰੀ ਸੁਣਨਗੇ ਉਹਨਾਂ ਦੇ ਸਵਾਲ ਨੂੰ ਸਮਝਣਗੇ ਤੇ ਹਰ ਕੰਮ ਉਹਨਾਂ ਦਾ ਪੂਰਾ ਕਰਨਗੇ ਤੇ ਇਹ ਤੁਹਾਨੂੰ ਤੁਹਾਨੂੰ ਵੀ ਏਡ ਦਿੱਤੀ ਤੁਹਾਨੂੰ ਕਿਵੇਂ ਲੱਗਿਆ ਇਹਨਾਂ ਦਾ ਜਿਹੜਾ ਸਟਾਫ ਹੈ ਉਹ ਕਿਵੇਂ ਹੈ ਇਹਨਾਂ ਦਾ ਸਟਾਫ ਬਹੁਤ ਵਧੀਆ ਬਹੁਤ ਵਧੀਆ ਰਿਸਪੈਕਟ ਕਰਦੇ ਆ ਸਾਡੀ ਸਾਰਿਆਂ ਦੀ ਹਰ ਗੱਲ ਧਿਆਨ ਨਾਲ ਸੁਣਦੇ ਆ ਬੱਚੀਆਂ ਬਹੁਤ ਬੀਬੀਆਂ ਜਦੋਂ ਵੀ ਕਦੀ ਇਹਨਾਂ ਨੂੰ ਕਾਲ ਕਰੋ ਤੇ ਬੜੇ ਧਿਆਨ ਨਾਲ ਕਾਲ ਤੇ ਅਸਰ ਕਰਕੇ ਤੇ ਸਾਡੀ ਕਾਲ ਦਾ ਉਸੇ ਟਾਈਮ ਅਟੈਂਡ ਕਰਦੀਆਂ ਤੇ ਸਾਡੇ ਹਰ ਸਵਾਲ ਨੂੰ ਸੁਣਦੀਆਂ ਤੇ ਜਿਹੜਾ ਨਾ ਸਟਾਫ ਹੈ ਵਧੀਆ ਤਰੀਕੇ ਨਾਲ ਸੇਵਾ ਕਰਦਾ ਗਿੱਦਾ ਕਰ ਲੈਨੇ ਤੁਸੀਂ ਗਿੱਦਾ ਪਾ ਲੈਨੇ ਹੋ ਹਾਂਜੀ ਗਿੱਦਾ ਅੱਜ ਕੱਲ ਤੇ ਹੁਣ ਨਹੀਂ ਰਹੀਆਂ ਲੱਤਾ ਲੁਤਾ ਇਹੋ ਜਿਹੀਆਂ ਜ਼ਿਆਦਾ ਪਰ ਗਿੱਦਾ ਕਾਫੀ ਪਰ ਗਿੱਦਾ ਪਾ ਸਕਦਾ ਜੇਕਰ ਇਹਨਾਂ ਦੀ ਸੇਵਾ ਲੈ ਲਈ ਤੇ ਨਹੀਂ ਪਾ ਸਕਦੇ ਆ ਪੂਰਾ ਗਿੱਦਾ ਪਾ ਸਕਦੇ ਆ ਜੇਕਰ ਤੁਸੀਂ 7188977711 ਤੇ ਫੋਨ ਘੁਮਾਓਗੇ ਜਿਹੜੇ ਹੋਮ ਵਾਚ ਕੇਅਰ ਗਿਵਰ ਏਜੰਸੀ ਦੇ ਇੱਥੇ ਦੇ ਕਲਾਇੰਟਸ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਤੁਹਾਨੂੰ ਇਹਨਾਂ ਦੀਆਂ ਸੇਵਾਵਾਂ ਕਿਵੇਂ ਲੱਗਦੀਆਂ ਹਨ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਹਾਂਜੀ ਮੈਨੂੰ ਸਿਮਮੀ ਵਿਕਾਸ ਆ ਇਹ ਕੁੜੀਆਂ ਨਾਲ ਬਹੁਤ ਜ਼ਿਆਦਾ ਪਿਆਰ ਆ ਕਿ ਮੇਰੇ ਨਾਲ ਬਹੁਤ ਚੰਗੀ ਗੱਲ ਕਰਦੀਆਂ ਬਹੁਤ ਪਿਆਰ ਨਾਲ ਗੱਲ ਕਰਦੀਆਂ ਜਦ ਵੀ ਮੈਂ ਇੱਥੇ ਆਉਣੀ ਆ ਤੇ ਬਾਕੀ ਕਾਫੀ ਜਿਹਦਾ ਸਹੂਲਤਾਂ ਘਰ ਦੇ ਵਿੱਚ ਵੀ ਮੈਂ ਜਿੱਦਾਂ ਉਦਾਸ ਹੁੰਨੀ ਜਾਂ ਕੁਝ ਵੀ ਮੈਂ ਇੱਥੇ ਇਹਨਾਂ ਦੇ ਕੋਲ ਆ ਜੰਨੀ ਆ ਤਾਂ ਗੱਲਬਾਤ ਕਰਦੀ ਬਹੁਤ ਪਿਆਰ ਦੇ ਨਾਲ ਮੇਰੇ ਨਾਲ ਰਹਿੰਦੀਆਂ ਹਾਂ ਤੇ ਸਿਮੀ 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 ਔਰ ਜਿਹੜਾ ਨਾ ਦਾ ਸਟਾਫ ਇੱਥੇ ਵਿਕਾਸ ਉਹ ਤੁਹਾਨੂੰ ਕਿਵੇਂ ਤੁਸੀਂ ਉਹਨਾਂ ਨੂੰ ਪਹਿਲੀ ਵਾਰ ਮਿਲੇ ਸੀ ਕਿਵੇਂ ਤੇ ਉਹਨਾਂ ਨੇ ਤੁਹਾਨੂੰ ਸਰਵਿਸੇਸ ਦਿੱਤੀਆਂ ਔਰ ਕਿਵੇਂ ਤੁਹਾਡੀ ਲਾਈਫ ਚੇਂਜ ਹੋ ਗਈ ਹਾਂਜੀ ਉਹ ਮੈਂ ਕਿਰਨ ਨੂੰ ਪਹਿਲਾਂ ਮਿਲੀ ਸੀਗੀ ਤਾਂ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੇਦਾ ਏਦਾਂ ਏਦਾਂ ਕਰਕੇ ਤੁਹਾਡੇ ਲਈ ਕਰ ਸਕਦੇ ਆ ਅਸੀਂ ਇਹ ਕੰਮ ਤਾਂ ਫਿਰ ਮੈਂ ਇਹਨਾਂ ਦੇ ਕੋਲ ਆਈ ਇੱਥੇ ਸਿਮੀ ਉਹਨਾਂ ਦੇ ਕੋਲ ਉਹਨਾਂ ਨੇ ਫਿਰ ਜਿੱਦਾਂ ਸੀਡੀ ਪੈਪ ਦਾ ਫਿਰ ਮੇਰਾ ਕੰਮ ਜਿਹੜਾ ਸ਼ੁਰੂ ਕੀਤਾ ਚਾਲੂ ਕੀਤਾ ਤੇ ਬਹੁਤ ਵਧੀਆ ਆ ਇਹ ਹਾਂਜੀ ਕਾਫੀ ਬੱਲੇ ਬੱਲੇ ਹੋ ਗਈ ਪੂਰੀ ਬੈਜਾ ਬੈਜਾ ਕਰਾਤੀ ਤੁਹਾਡੀ ਤੇ ਸਾਡੇ ਨਾਲ ਹੋਰ ਵੀ ਇੱਥੇ ਜਿਹੜੇ ਇਹਨਾਂ ਦੇ ਕਲਾਇੰਟਸ ਨੇ ਉਹ ਵੀ ਮੌਜੂਦ ਨੇ ਕਿਵੇਂ ਲੱਗਦੀ ਹੈ ਤੁਹਾਨੂੰ ਇਹਨਾਂ ਦੀਆਂ ਸਰਵਿਸਿਜ਼ ਕਿਵੇਂ ਤੁਹਾਡਾ ਧਿਆਨ ਰੱਖਦੇ ਨੇ ਹਾਂਜੀ ਬਹੁਤ ਵਧੀਆ ਧਿਆਨ ਰੱਖਦੇ ਆ ਜਦੋਂ ਵੀ ਮੈਂ ਘਰੋਂ ਕਾਲ ਕਰਦੀ ਹਾਂ ਉਹਨਾਂ ਨੂੰ ਮੇਰਾ ਫੋਨ ਉਸੇ ਟਾਈਮ ਚੱਕਦੇ ਨੇ ਟੈਂਡ ਕਰਦੀਆਂ ਆ ਤਾਂ ਕੁੜੀਆਂ ਰਿਸਪੈਕਟ ਵੀ ਬੋਡੀ ਕਰਦੀਆਂ ਕੋਈ ਪੇਪਰ ਵਰਕ ਹੁੰਦਾ ਕੋਈ ਲੈਟਰ ਹੁੰਦਾ ਕੋਈ ਵੀ ਕੰਮ ਮੈਂ ਇਹਨਾਂ ਕੋਲ ਆ ਜਾਂਦੀ ਨਹੀਂ ਤੇ ਮੇਰਾ ਘਰੋਂ ਹੀ ਇਹ ਮੈਨੂੰ ਦੱਸ ਦਿੰਦੀਆਂ ਸਾਰਾ ਤੁਹਾ ਨੂੰ ਅਗਰ ਕੋਈ ਦਿੱਕਤ ਹੋ ਰਹੀ ਹੈ ਤਾਂ ਫਿਰ ਸਿਮੀ ਇੱਥੇ ਬੈਠੇ ਨੇ ਵਿਕਾਸ ਇੱਥੇ ਬੈਠੇ ਨੇ 120-13 ਦੇ ਉੱਤੇ ਲਿਬਰਟੀ ਐਵੇਨਿਊ ਵਿਖੇ ਜਿੱਥੇ ਸਿਮੀ ਤੁਹਾਡੀ ਹਰ ਗੱਲ ਨੂੰ ਸਮਝਦੇ ਵੀ ਨੇ ਕਿਉਂਕਿ ਰੀਨਾ ਸ਼ਰਮਾ ਅਤੇ ਚੇਤਨ ਸ਼ਰਮਾ ਹੋਰਾਂ ਨੇ ਇਸ ਤਰੀਕੇ ਨਾਲ ਆਪਣੀ ਟੀਮ ਨੂੰ ਟ੍ਰੇਨ ਕੀਤਾ ਹੈ ਕਿ ਤੁਸੀਂ ਗੱਲ ਔਰ ਤੁਸੀਂ ਆਪਣੀ ਸੇਵਾ ਸੰਭਾਲਦੇ ਜਿਹੜੀ ਗੱਲ ਹੈ ਉਹ ਰੱਖਣੀ ਹੈ ਤੇ ਇਹਨਾਂ ਦਾ ਸਟਾਫ ਵੀ ਉਸ ਗੱਲ ਨੂੰ ਮੰਨਦਾ ਔਰ ਉਸੇ ਫਲਸਫੇ ਦੇ ਉੱਤੇ ਚੱਲਦਾ ਹੈ ਸਿਮਾ ਸੈਮੇਜੀ ਕੀ ਕਹਿਣਾ ਚਾਹੂਗੀ ਤੁਹਾਡੇ ਨਾਲ ਤੁਹਾਡੇ ਜਿਹੜੇ ਇੱਥੇ ਮੈਂ ਕਲਾਈਂਟਸ ਨਹੀਂ ਕਹਾਵਾਂਗਾ ਤੁਹਾਡਾ ਮੈਂ ਪਰਿਵਾਰ ਹੀ ਕਹਾਵਾਂਗਾ ਬੜੇ ਖੁਸ਼ ਨੇ ਤੁਹਾਡੇ ਤੋਂ ਤੁਹਾਡੀ ਸੇਵਾਵਾਂ ਤੋਂ ਜਿਹੜੇ ਇਸ ਟਾਈਮ ਟੀਵੀ ਵੇਖ ਰਹੇ ਨੇ ਉਹ ਹਜੇ ਤੱਕ ਤੁਹਾਨੂੰ ਮਿਲਣ ਨਹੀਂ ਆਏ ਉਹਨਾਂ ਨੂੰ ਕੀ ਕਹੋਗੇ ਸਤਿ ਸ਼੍ਰੀ ਅਕਾਲ ਜੀ ਮੈਂ ਸਿਮੀ ਮੈਂ ਲਿਬਰਟੀ ਐਵੇਨਿਊ ਵਾਲੇ ਆਫਿਸ 'ਚ ਹਰ ਟਾਈਮ ਅਵੇਲੇਬਲ ਹੁੰਦੀ ਆ ਅਸੀਂ ਤੁਹਾਨੂੰ ਐਜ਼ ਲਾਈਕ ਪੇਸ਼ੈਂਟ ਟਰੀਟ ਨਹੀਂ ਕਰਾਂਗੇ ਐਜ਼ ਲਾਈਕ ਫੈਮਿਲੀ ਟਰੀਟ ਕਰਾਂਗੇ ਤੁਹਾਨੂੰ ਕਦੇ ਵੀ ਇਹ ਨਹੀਂ ਲੱਗੇਗਾ ਕਿ ਤੁਸੀਂ ਕਿਸੇ ਆਫਿਸ 'ਚ ਆਏ ਹੋ ਬਟ ਤੁਹਾਨੂੰ ਹਮੇਸ਼ਾ ਹੀ ਲੱਗੇਗਾ ਤੁਸੀਂ ਆਪਣੀ ਕੁੜੀ ਕੋਲ ਆਏ ਕਿਆ ਬਾਤ ਹੈ ਸਤੂ ਜੀ ਆਪਣੀ ਧੀ ਦੇ ਕੋਲ ਪਹੁੰਚੇ ਹੋ ਔਰ ਧੀ ਜਿਹੜੀ ਹੈ ਇੱਥੇ ਇੱਕ ਹੋਰ ਵੀ ਹੈ ਔਰ ਇਹ ਵੀ ਬੜੇ ਸੋਨੇ ਟੰਗ ਦੇ ਨਾਲ ਜਿਹੜਾ ਹੈਗਾ ध्यान रखदे ने ਸਾਡੇ ਬਜ਼ੁਰਗ ਤਾਂ ਕਿਰਨ ਜੀ ਕੀ ਕਹਿਣਾ ਚਾਹੋਗੇ ਆਪਣੇ ਪਰਿਵਾਰ ਨੂੰ ਸਰ ਸ਼ਕਲ ਜੀ ਸਾਡਾ ਸਾਰਾ ਪਰਿਵਾਰ ਜਿਦਾਂ ਸਾਡੇ ਨਾਲ ਜੋ ਬਜ਼ੁਰਗ ਨੇ ਜਿਹੜੇ ਉਹ ਸਾਡੀ ਫੈਮਲੀ ਵਾਂਗ ਹੀ ਨੇ ਤੇ ਲਾਈਕ ਉਹਨਾਂ ਉਹ ਸਾਨੂੰ ਇੰਨਾ ਪਿਆਰ ਕਰਦੇ ਨੇ ਕਿ ਸਾਡੇ ਸਾਨੂੰ ਛੱਡ ਕੇ ਵੀ ਨਹੀਂ ਕਿਤੇ ਜਾਣਾ ਚਾਹੁੰਦੇ ਕਿ ਸਾਡੀ ਏਜੰਸੀ ਇੰਨੀ ਬੈਸਟ ਹੈਗੀ ਆ ਤੇ ਉਹ ਸਾਡੇ ਕੋਲ ਹੀ ਰਹਿਣਾ ਚਾਹੁੰਦੇ ਆ ਤੇ ਆਪਣੇ ਨਾਲ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਇਸ ਏਜੰਸੀ ਨੂੰ ਤੁਸੀਂ ਜੁਆਇਨ ਕਰੋ। ਕੀ ਬਾਤ ਹੈ ਜੀ ਇਹ ਮਸਲੇ ਜਦ ਸਾਂਝੇ ਹੁੰਦੇ ਨੇ ਤਾਂ ਇਹਨਾਂ ਮਸਲਿਆਂ ਦੇ ਵਿੱਚ ਸਾਨੂੰ ਬੜਾ ਜ਼ਰੂਰੀ ਹੁੰਦਾ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦਾ ਧਿਆਨ ਰੱਖਣਾ ਉਹਨਾਂ ਨੂੰ ਹਰ ਉਹ ਫੈਸਿਲਿਟੀ ਦੇਣਾ ਉਹਨਾਂ ਨੂੰ ਉਹ ਹਰ ਸਰਵਿਸ ਦੇਣਾ ਬੜੀ ਇੰਪੋਰਟੈਂਟ ਹੋ ਜਾਂਦਾ ਔਰ ਜਸ ਪੰਜਾਬੀ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਇਹਨਾਂ ਗੱਲਾਂ ਨੂੰ ਧਿਆਨ ਰੱਖੇ ਸੋ ਜਿਵੇਂ ਤੁਸੀਂ ਇੱਥੇ ਸੁਣਿਆ ਬਕਾਇਦਾ ਸਿਕ ਕਲਚਰ ਸੁਸਾਇਟੀ ਦੇ ਮੁਖ ਸੇਵਾਦਾਰ ਵੀ ਉੱਥੇ ਤਸ਼ਰੀਫ ਫਰਮਾਨ ਹੋਏ ਜਿਹੜਾ ਨੌਜਵਾਨ ਇੱਥੋਂ ਡੀ ਸਿਟੀ ਹਾਲ ਦੇ ਲਈ ਆਪਣੇ ਆਪ ਨੂੰ ਪਹੁੰਚਾਉਣ ਲਈ ਅ ਇਲੈਕਸ਼ਨ ਲੜ ਰਿਹਾ ਜਪਨੀਤ ਸਿੰਘ ਡਿਸਟ੍ਰਿਕਟ 28 ਤੋਂ ਉਹ ਵੀ ਬਕਾਇਦਾ ਤੇ ਤਸ਼ਰੀਫ ਫਰਮਾਨ ਹੋਇਆ ਉਹਨੇ ਆ ਕੇ ਇਹ ਹੀ ਗੱਲ ਕਹੀ ਕਿ ਸਾਨੂੰ ਐਮਪਾਵਰ ਕਰਨ ਦੀ ਲੋੜ ਹੈ ਔਰ ਇਸ ਲਿਟਲ ਪੰਜਾਬ ਦੇ ਵਿੱਚ ਇਸ ਏਜੰਸੀ ਦੀ ਬਹੁਤ ਜ਼ਿਆਦਾ ਲੋੜ ਹੈ ਔਰ ਮੈਂ ਕਹਾਂਗਾ ਕਿ ਏਜੰਸੀ ਸੇਵਾ ਨੂੰ ਧਿਆਨ ਦੇ ਵਿੱਚ ਰੱਖਦੇ ਜਿਸ ਅਸੀਂ ਬਾਰ-ਬਾਰ ਇਸ ਸ਼ਬਦ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਇਹ ਗੱਲ ਇਹ ਪ੍ਰੈਕਟੀਕਲ ਤੌਰ ਤੇ ਜਿਹੜੀ ਹੈ ਪਹੁੰਚਾਉਂਦੇ ਨੇ ਔਰ ਇਸ ਗੱਲ ਨੂੰ ਉਹ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਉਂਦੇ ਨੇ ਜੇਕਰ ਤੁਸੀਂ ਹਜੇ ਤੱਕ ਫੋਨ ਨਹੀਂ ਘੁਮਾਇਆ 7188977711 ਦੇ ਉਤੇ ਤਾਂ ਤੁਸੀਂ ਤਕਲੀਫ ਦੇ ਵਿੱਚੋਂ ਤਾਂ ਇਹ ਜਿਹੜਾ ਨੰਬਰ ਹੈ ਇਹ ম্যাজਿਕ ਨੰਬਰ ਤੁਹਾਡੀ ਤਕਲੀਫ ਨੂੰ ਤੁਹਾਡੀ ਪਰੇਸ਼ਾਨੀ ਨੂੰ ਪੂਰਾ ਕਰ ਸਕਦਾ ਹੈ ਤੁਹਾਡੀ ਲਾਈਫ ਨੂੰ ਟਰਾਂਸਫਾਰਮ ਕਰ ਸਕਦਾ ਹੈ ਤੁਹਾਡੀ ਲਾਈਫ ਨੂੰ ਚੇਂਜ ਕਰ ਸਕਦਾ ਹੈ ਰੀਨਾ ਸ਼ਰਮਾ ਅਤੇ ਚੇਤਨ ਸ਼ਰਮਾ ਹੋਰਾਂ ਦਾ ਸਿਧਾਂਤ ਇਹਨਾਂ ਦਾ ਫਲਸਫਾ ਇਹਨਾਂ ਦੀ ਫਲਸਫੀ ਇਹਨਾਂ ਦੇ ਮੋਰਲ ਵੈਲਿਊਜ਼ ਇਹਨਾਂ ਦੇ ਪ੍ਰਿੰਸੀਪਲ ਜਿਹੜੇ ਨੇ ਉਸ ਰਿਚਮੰਡ ਹਿਲਹੇਰੀਆ ਦੇ ਵਿੱਚ ਆ ਚੁੱਕੇ ਨੇ ਔਰ ਲਿਬਰਟੀ ਐਵੇਨਿਊ 120-13 Liberty Avenue, which is da ki first time. What do you have to say? In life, it's a privilege to take care of others. I never look at this as a job, I always look at it as an honor. And we are here for you. Any challenge you have, I promise you, we will help you. If we don't know the answer, we will find the answer. as your family we are here and we are here to, to assist you and do not worry that's all i have to say do not worry call us we will help ਬਿਲਕੁਲ ਚੇਤਨ ਜੀ ਸੋ ਜਿਹੜੇ ਇਥੇ ਕੁਇਨਸ ਦੇ ਵਿੱਚ ਰਹਿੰਦੇ ਰਿਚਮੰਡ ਹਿੱਲ ਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਤੁਸੀਂ ਆਓ ਸਾਨੂੰ ਆਪਣਾ ਸੇਵਾ ਦਾ ਮੌਕਾ ਦਿਓ ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਾਂ ਆਰ ਆਫਿਸ ਇਜ਼ ਓਪਨ ਫॉर ਯੂ ਰਿਚਮੰਡ ਹਿੱਲ ਵਿੱਚ ਐਂਡ ਹਿਕਸਵਿਲ ਵਿੱਚ ਸਾਡਾ ਦੂਜਾ ਜਿਹੜਾ ਆਫਿਸ ਹੈ ਉਹ ਵੀ ਤੁਹਾਡੇ ਲਈ ਆਲਵੇਜ਼ ਓਪਨ ਬਿਲਕੁਲ ਹੋਮ ਵਾਚ ਕੇਅਰ ਗੀਵਰਸ ਜਿਹੜੀ ਹੈਗੀ ਹੈ ਇਹ ਏਜੰਸੀ ਤੁਹਾਡੀ ਸੇਵਾ ਕਰ ਰਹੀ ਹੈ ਇਹਨਾਂ ਮਸਲਿਆਂ ਦੇ ਉੱਤੇ ਕੰਮ ਕਰ ਰਹੀ ਹੈ ਜੋ ਸਾਡਾ ਮਸਲਾ ਸਾਂਝਾ ਹੈਗਾ ਕਿਉਂਕਿ ਬਜ਼ੁਰਗਾਂ ਦੀ ਸੇਵਾ ਸੀਨੀਅਰ ਸਿਟੀਜ਼ਨਸ ਦੀ ਸੇਵਾ ਜਿਹੜੀ ਹੈ ਉਹਨਾਂ ਦੇ ਰਾਈਟਸ ਉਹਨਾਂ ਨੂੰ ਏਮਪਾਵਰ ਕਰਨਾ ਵੀ ਸਾਡਾ ਮੇਨ ਮਕਸਦ ਹੋਣਾ ਚਾਹੀਦਾ ਹੈ ਫਿਲਹਾਲ ਅੱਜ ਇਸ ਸਾਂਝੇ ਮਸਲੇ ਦੇ ਵਿੱਚ ਐਨਹੀਂ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਤੇ ਮੇਰੇ ਨਾਲ ਡਾਇਰੈਕਟਰ ਬ੍ਰਾਡਕਾਸਟਿੰਗ ਦੀਪਕ ਤਿਮਾਨ ਹੋਰਾਂ ਨੂੰ ਦਵੋ ਇਜ਼ਾਦਤ ਤੇ ਨਾਲ ਰੀਨਾ ਸ਼ਰਮਾ ਅਤੇ चेतन शर्मा होरणोबी दवो इजाजत रीना शर्मा ਤੇ चेतन शर्मा ਕੀ ਗੱਲ ਕਹਿ ਰਹੇ ਨੇ ਕਿ ਜਿਹੜਾ ਇਹ ਨੰਬਰ ਹੈ 718897 7711 ਫੋਨ ਕੁਮਾਲੋ ਫ੍ਰੀ ਪਰਸਨ ਕੰਸਲਟੇਸ਼ਨ ਲਈ ਆਜੋ ਪਰੇਸ਼ਾਨੀ ਦਾ ਹੱਲ ਇੱਕੋ ਹੀ ਇੱਕ ਹੋਮ ਵਾਚ ਕੇਅਰਗੇਵਰਸ ਮਿਲਾਂਗੇ ਨੈਕਸਟ ਵੀਕ ਲੈ ਕੇ ਆਵਾਂਗੇ ਇੱਕ ਹੋਰ ਮਸਲਾ ਕਿਉਂਕਿ ਇਹੀ ਹੈ ਤੁਹਾਡਾ ਆਪ ਦਾ ਸਾਂਝੇ ਮਸਲੇ ਟਿਲ ਦਾ ਟਾਈਮ ਜਿੰਦ ਰਹ ਵਜ਼ਰੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੀ ਵਾਈਫ ਨੂੰ ਜੂੜ ਖੁਸ਼ ਰੱਖੋ ਯਾਰ ਧੰਨਵਾਦ ਸਤ ਸ੍ਰੀ ਅਕਾਲ